ਇਹਦੀ ਵੀਰ ਦੀ ਬਲਜੀਤ ਦੀ ਇੱਕ ਭੈਣ ਜਿਹੜੀ BSF ਦੇ ਵਿੱਚ ਆਪਣੇ ਭਾਰਤ ਦੀ ਸੇਵਾ ਕਰ ਰਹੀ ਆ ਬਾਰਡਰਾਂ ਤੇ, ਔਰ ਇੱਕ ਬ੍ਰਦਰ ਇਹਦਾ ਜਿਹੜਾ ਉਹ ਸਿੰਗਾਪੁਰ ਦੀ ਰੋਜੀ ਰੋਟੀ ਕਮਾਉਣ ਲਈ ਉੱਥੇ ਸੈਟਲ ਆ, ਤੇ ਇਹ ਜਿਹੜਾ ਵਾ ਇਹ ਅਮਰੀਕਾ ਗਿਆ ਸੀਗਾ ਅੱਜ ਤੋਂ 5-6 ਸਾਲ ਪਹਿਲਾਂ, ਔਰ ਹੁਣ ਪਰਿਵਾਰ ਨੇ ਇਹਦੇ ਵਿਆਹ ਦੀ ਜਿਹੜੀ ਆ ਤਿਆਰੀ ਕਰ ਰਹੇ ਸੀਗੇ। ਘਰ ਦੇ ਹਾਲਾਤਾਂ ਨੂੰ ਸੁਧਾਰਨ ਦਾ ਸੁਪਨਾ ਲੈ ਕੇ 2014 ਵਿੱਚ ਅਮਰੀਕਾ ਗਏ। ਤਿੰਨਾਂ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਬਲਜੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਭੇਲ ਢਾਏ ਵਾਲਾ ਦੀ ਅਮਰੀਕਾ ਦੇ ਬੇਨਸਾਲੇਮ ਵਿੱਚ ਅਚਾਨਕ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੋਹਨ ਸਿੰਘ ਨੇ ਦੱਸਿਆ ਕਿ ਅਮਰੀਕਾ ਤੋਂ ਬੀਤੇ ਦਿਨ ਮਕਾਨ ਮਾਲਕ ਜਿਸਦੇ ਘਰ ਬਲਜੀਤ ਰਹਿੰਦਾ ਸੀ ਉਸਦਾ ਫੋਨ ਆਇਆ ਕਿ ਬਲਜੀਤ ਸਿੰਘ ਦੀ ਅਚਾਨਕ ਮੌਤ ਹੋ ਗਈ ਹੈ। ਬਲਜੀਤ ਸਿੰਘ ਅਮਰੀਕਾ ਵਿਖੇ ਟਰਾਲਾ ਚਲਾਉਂਦਾ ਸੀ ਜੋ ਪਿਛਲੇ 7 ਸਾਲਾਂ ਤੋਂ ਉੱਥੇ ਰਹਿ ਰਿਹਾ ਸੀ ਤੇ ਉਸਦੇ ਵਿਆਹ ਦੀ ਗੱਲ ਚੱਲ ਰਹੀ ਸੀ। ਜ਼ਿਕਰਯੋਗ ਹੈ ਕਿ ਗੁਰਮੇਜ ਸਿੰਘ ਦੇ ਜਵਾਨ ਸਿੰਘ ਤੋਂ ਪਹਿਲਾਂ ਪਿਛਲੇ ਸਾਲ ਹੀ ਉਹਨਾਂ ਦੇ ਜਵਾਈ ਦੀ ਮੌਤ ਹੋ ਗਈ ਸੀ। ਅਜੇ ਪਰਿਵਾਰ ਵਾਲੇ ਉਸ ਸਦਮੇ ਵਿੱਚੋਂ ਬਾਹਰ ਹੀ ਨਿਕਲ ਰਹੇ ਸਨ ਕਿ ਇੱਕ ਹੋਰ ਨਾ ਸਹਿਣ ਯੋਗ ਭਾਣਾ ਪਰਿਵਾਰ ਨਾਲ ਵਾਪਰ ਗਿਆ। ਗੱਲਬਾਤ ਦਾ ਤੇ ਹੁਣ ਨਹੀਂ ਪਤਾ ਵੀ ਕੀ ਹੋਇਆ ਵਿਚਾਰੇ ਨੂੰ। 7 ਸਾਲ ਹੋ ਗਏ ਇੱਥੋਂ ਗਏ ਨੂੰ। 2014 ਦੇ ਵਿੱਚ ਗਿਆ ਸੀ ਆਪਣੀ ਕਮਾਈ ਕਰਨ ਵਾਸਤੇ, ਤੇ ਹੁਣ ਵਧੀਆ ਉਹਦਾ ਕਾਰੋਬਾਰ ਠੀਕ ਠਾਕ ਚੱਲਦਾ ਸੀ, ਵਧੀਆ ਟਰਾਲਾ ਚਲਾਉਂਦਾ ਸੀ। ਅਤੇ 28 ਤਰੀਕ ਉੱਥੋਂ ਦੀ 28 ਤਰੀਕ ਰਾਤ ਨੂੰ ਸ਼ਾਇਦ 11:30-12 ਵਜੇ ਅਤੇ ਉੱਥੇ ਨਾ ਰਿਸ਼ਤੇਦਾਰ ਆ ਉਹਦੇ ਵੱਡੇ ਭਰਾ ਦਾ ਸਾਲਾ ਵਾ ਉੱਥੇ, ਉਹਨੇ ਫਿਰ ਟੈਲੀਫੋਨ 'ਤੇ ਦੱਸਿਆ ਵੀ ਆਹ ਮਤਲਬ ਉਹਦੇ ਨਾਲ ਭਾਣਾ ਵਾਪਰ ਗਿਆ। ਉਦਮ ਦਾ ਬਸ ਇਹੋ ਹੀ ਪ੍ਰੋਗਰਾਮ ਕੀ ਆ, ਰੌਣ ਧੋਣ ਡਏ ਆ, ਉਹ ਕਾਰਵਾਈ ਕਰਨ ਡਿਆ ਉੱਥੇ ਜੋ ਵੀ ਆ ਉਹਨੂੰ ਲਿਆਉਣ ਦਾ, ਇੱਥੋਂ ਕਾਗਜ਼ ਬਣਾ ਕੇ ਅਸੀਂ ਭੇਜ ਦਿੱਤੇ ਆ। ਕੀ ਪ੍ਰਸ਼ਾਸਨ ਕਰਦੇ? ਪ੍ਰਸ਼ਾਸਨ ਕੋਲੋਂ ਮੰਗ ਇਹੋ ਕਰਦੇ ਹਾਂ ਵੀ ਜੇ ਇਹਨਾਂ ਦੀ ਕੋਈ ਮਦਦ ਹੋ ਸਕੇ। ਵਿਚਾਰਿਆਂ ਨੇ ਕਿੰਨੇ ਪੈਸੇ ਲਾ ਕੇ ਭੇਜਿਆ, ਅਜੇ ਮਹਾਂ ਉਹ ਸੈੱਟ ਵੀ ਨਹੀਂ ਹੋਇਆ, ਅਤੇ ਉਹ ਮਤਲਬ ਆਹ ਭਾਣਾ ਵਾਪਰ ਗਿਆ। ਅਜੇ 1 ਸਾਲ ਪਹਿਲਾਂ ਹੀ ਇਹਨਾਂ ਦਾ ਜਵਾਈ ਦਾ ਐਕਸੀਡੈਂਟ ਹੋ ਗਏ, ਉਹ ਵੀ ਇੰਨੀ ਕੁ ਉਮਰ ਦਾ, ਉਹ ਹੀ ਵਿਚਾਰਾ ਉਹਦੀ ਡੈਥ ਹੋ ਗਈ। ਉਹ ਲੜਕੀ ਦਾ ਵੀ ਇੱਦਾਂ ਵਿਚਾਰਾ, ਬੜਾ ਮਤਲਬ ਬੰਦਾ ਹਾਲ। 1 ਸਾਲ ਦੇ ਵਿੱਚ ਹੀ ਇਹ 2 ਭਾਣੇ ਵਾਪਰ ਗਏ ਇਹਨਾਂ ਦੇ ਨਾਲ, ਅਤੇ ਇਹਨਾਂ ਦੀ ਹਾਲਤ ਫਿਰ ਇਹੋ ਜਾਣਦੇ ਆ ਵੀ ਕੀ ਇਹਨਾਂ ਨਾਲ ਵਾਪਰ ਰਹੀ ਆ, ਇਹਨਾਂ ਦੇ ਦਿਲ ਦੇ ਉੱਤੇ ਕੀ ਬੀਤਦੀ ਆ। ਵੀਰ ਜੀ ਇਹ ਬੜੀ ਮੰਦਭਾਗੀ ਘਟਨਾ ਵਾ। ਇਹ ਪਰਿਵਾਰ ਦਾ ਜੋ ਕਿ ਬੱਚਾ ਸੀਗਾ ਬਲਜੀਤ ਸਿੰਘ, ਇਹ ਚੜ੍ਹਦੀ ਉਮਰ 'ਚ ਹੀ ਨਾਬਾਲਗ ਉਮਰ ਦੇ ਵਿੱਚ ਹੀ ਕਮਾਈ ਕਰਨ ਵਾਸਤੇ ਜਿਹੜਾ ਵਾ ਇਹ ਬਾਹਰ ਗਿਆ ਸੀਗਾ। ਇਹ ਸਾਰਾ ਪਰਿਵਾਰ ਹੀ ਬੜਾ ਇੱਥੇ ਭਲਾ ਮਾਣਸ ਅਤੇ ਸੇਵਾ ਸਤਿਕਾਰ ਕਰਨ ਵਾਲਾ ਪਰਿਵਾਰ ਆ, ਬਹੁਤ ਜ਼ਿਆਦਾ ਸੇਵਾ 'ਚ ਇਹਨਾਂ ਦੀ ਰੁਚੀ ਆ। ਇਹਦੀ ਵੀਰ ਦੀ ਬਲਜੀਤ ਦੀ ਇੱਕ ਭੈਣ ਜਿਹੜੀ BSF ਦੇ ਵਿੱਚ ਆਪਣੇ ਭਾਰਤ ਦੀ ਸੇਵਾ ਕਰ ਰਹੀ ਆ ਬਾਰਡਰਾਂ ਤੇ, ਔਰ ਇੱਕ ਬ੍ਰਦਰ ਇਹਦਾ ਜਿਹੜਾ ਉਹ ਸਿੰਗਾਪੁਰ ਦੀ ਰੋਜੀ ਰੋਟੀ ਕਮਾਉਣ ਲਈ ਉੱਥੇ ਸੈਟਲ ਆ, ਅਤੇ ਇਹ ਜਿਹੜਾ ਵਾ ਇਹ ਅਮਰੀਕਾ ਗਿਆ ਸੀਗਾ ਅੱਜ ਤੋਂ 5-6 ਸਾਲ ਪਹਿਲਾਂ, ਔਰ ਹੁਣ ਪਰਿਵਾਰ ਨੇ ਇਹਦੇ ਵਿਆਹ ਦੀ ਜਿਹੜੀ ਆ ਤਿਆਰੀ ਕਰ ਰਹੇ ਸੀਗੇ। ਬੜਾ ਸੈੱਟ ਸੀਗਾ, ਬੜੀ ਪਰਿਵਾਰ 'ਚ ਖੁਸ਼ੀ ਸੀਗੀ। ਔਰ ਆਹ ਜਿਹੜੀ ਮੰਦਭਾਗੀ ਘਟਨਾ ਹੋਈ ਆ, ਬਹੁਤ ਜ਼ਿਆਦਾ ਝਟਕਾ, ਬਹੁਤ ਜ਼ਿਆਦਾ ਦੁੱਖ ਪਹੁੰਚਿਆ ਵਾ ਇਹ ਪਰਿਵਾਰ ਨੂੰ ਅਤੇ ਇਲਾਕੇ ਨੂੰ, ਕਿਉਂਕਿ ਜਿਹੜਾ ਬੱਚਾ ਸੀਗਾ ਬੜਾ ਹੋਣਹਾਰ ਬੱਚਾ ਸੀਗਾ, ਬੜਾ ਜਿਹੜਾ ਵਾ ਹਰ ਇੱਕ ਦਾ ਸਤਿਕਾਰ ਕਰਨ ਵਾਲਾ ਬੱਚਾ ਸੀਗਾ, ਅਤੇ ਪਰਿਵਾਰ ਨੂੰ ਪਿਛਲੇ ਕੁਝ ਸਾਲਾਂ ਦੇ ਵਿੱਚ ਬੜਾ ਇੱਕ ਅਗਾਂਹ ਵਧਾ ਕੇ ਲੈ ਕੇ ਗਿਆ ਸੀਗਾ, ਅਤੇ ਰਾਤ ਦਿਨ ਇੱਕ ਕਰਕੇ ਆਪਦੀ ਕਮਾਈ ਕਰ ਰਿਹਾ ਸੀਗਾ। ਸੋ ਇਹ ਜਿਹੜੀ ਇਹਦੀ ਅਚਾਨਕ ਮੌਤ ਹੋਈ ਆ, ਇਹਦੇ ਨਾਲ ਪਰਿਵਾਰ ਨੂੰ ਅਤੇ ਜਿਹੜਾ ਦੁੱਖ ਪਹੁੰਚਣਾ ਇਹਦੇ ਨਾਲ ਇਲਾਕੇ ਨੂੰ, ਸਾਨੂੰ ਬੜਾ ਇਸ ਚੀਜ਼ ਦਾ ਮਹਿਸੂਸ ਹੋਇਆ ਕਿ ਬੜਾ ਪਿਆਰ ਕਰਨ ਵਾਲਾ ਇਨਸਾਨ ਸੀਗਾ। ਇਹੋ ਜਿਹੇ ਬੱਚੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਕਿਤੇ ਲੋਕ ਗਲਤ ਬੰਨੇ ਚੱਲੇ ਆ, ਅਤੇ ਕਮਾਈ ਕਰਨ ਵਾਲੇ ਬੱਚੇ ਦੇ ਸਤਿਕਾਰ ਕਰਨ ਵਾਲੇ ਬੱਚੇ ਬੜੇ ਘੱਟ ਆ। ਸੋ ਆਪਾਂ ਕਰ ਕੁਛ ਨਹੀਂ ਸਕਦੇ। ਮੈਂ ਵਾਹਿਗੁਰੂ ਅੱਗੇ ਪਰਮਾਤਮਾ ਅੱਗੇ ਇਹ ਅਰਦਾਸ ਕਰਦਾ ਵਾਂ ਕਿ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਣ, ਉਹਨਾਂ ਨੂੰ ਸ਼ਾਂਤੀ ਦੇਣ, ਅਤੇ ਪਰਿਵਾਰ ਦੇ ਨਾਲ ਅਸੀਂ MP ਸਾਹਿਬ ਵੱਲੋਂ ਮੈਂ ਵੀ ਅੱਜ ਜਾ ਰਿਹਾ। ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ, ਸਫ਼ਰ TV।